एक अमरीकन यूट्यूबर अपने छोटे जे जहाज ते किते जा रहा हुंदा है, अचानक उसके जहाज का इंजन काम करना बंद कर देता है ते यूट्यूबर बिना कोई सोचे समझे जहाज तो बाहर छाल मार देता है ते इसका जहाज पहाड़ियों उत्ते डिग के तबाह हो जाता है। थले जिस जगह के उपर इसका जहाज डिगदा है उत्थे दूर दूर तक किसी भी तरह की इंसानी आबादी नहीं सी, इस करके किसी भी तरह का कोई जानी नुकसान नहीं हुंदा। ये यूट्यूबर काफी ज्यादा खुश सी क्योंकि इसकी जान बच गई सी इन्ने ज्यादा भयानक हादसे विचों। इस तों बाद ये अपने घरे जांदा है ते अपनी खुशी अपने परिवार दे नाल ਸਾਂਝੀ ਕਰਦਾ ਹੈ। ਪਰ ਇਹ ਸਾਰੀ ਘਟਨਾ ਦੇ ਵਿੱਚ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਕ੍ਰੈਸ਼ ਤੋਂ 5 ਮਹੀਨੇ ਬਾਅਦ ਇਸ ਅਮਰੀਕੀ ਯੂਟਿਊਬਰ ਨੂੰ 20 ਸਾਲ ਦੀ ਸਜ਼ਾ ਹੋ ਜਾਂਦੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਯੂਟਿਊਬਰ ਨੂੰ 20 ਸਾਲ ਦੀ ਸਜ਼ਾ ਹੋਈ ਤਾਂ ਹੋਈ ਕਿਉਂ, ਕਿਉਂਕਿ ਉਸ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਵੀ ਨਹੀਂ ਹੋਇਆ ਸੀ ਤੇ ਨਾ ਹੀ ਇਹ ਯੂਟਿਊਬਰ ਕਿਸੇ ਗੈਰ ਕਾਨੂੰਨੀ ਢੰਗ ਦੇ ਨਾਲ ਹਵਾਈ ਜਹਾਜ਼ ਨੂੰ ਉਡਾ ਰਿਹਾ ਸੀ ਤੇ ਫਿਰ ਕੀ ਕਾਰਨ ਸਨ ਜਿਸ ਦੇ ਕਾਰਨ ਇਸ ਨੂੰ 20 ਸਾਲਾਂ ਦੀ ਸਜ਼ਾ ਹੋ ਗਈ। ਇਹ ਕਹਾਣੀ ਹੈ ਜੀ ਟ੍ਰੈਵਰ ਜੈਕੋਬ ਦੀ। ਇੱਕ ਦਿਨ ਟ੍ਰੈਵਰ ਜੈਕੋਬ ਸਵੇਰੇ ਸਵੇਰੇ ਲੈਂਪੋਕ ਏਅਰਪੋਰਟ ਤੋਂ ਆਪਣੇ ਛੋਟੇ ਜਿਹੇ ਜਹਾਜ਼ ਰਾਹੀਂ ਉਡਾਨ ਭਰਦਾ ਹੈ। ਸਭ ਕੁਝ ਬਿਲਕੁਲ ਸਹੀ ਚੱਲ ਰਿਹਾ ਸੀ ਤੇ ਟ੍ਰੈਵਰ ਆਪਣੀ ਫਲਾਈਟ ਨੂੰ ਇੰਜੋਏ ਕਰ ਰਿਹਾ ਸੀ ਤੇ ਉਸਨੇ ਆਪਣੇ ਜਹਾਜ਼ ਦੇ ਉੱਪਰ ਅੱਡ-ਅੱਡ ਥਾਵਾਂ ਤੇ ਕੈਮਰੇ ਲਗਾਏ ਸਨ ਤੇ ਉਹ ਹਰ ਇੱਕ ਚੀਜ਼ ਨੂੰ ਰਿਕਾਰਡ ਕਰ ਰਿਹਾ ਸੀ। ਪਰ ਉਡਾਨ ਭਰਨ ਤੋਂ 1 ਘੰਟੇ ਬਾਅਦ ਜਦੋਂ ਟ੍ਰੈਵਰ ਇੱਕ ਪਹਾੜੀ ਏਰੀਏ ਦੇ ਉੱਪਰ ਦੀ ਲੰਘ ਰਿਹਾ ਹੁੰਦਾ ਹੈ ਤਾਂ ਉਸਦੇ ਜਹਾਜ਼ ਦਾ ਇੰਜਨ ਅਚਾਨਕ ਕੰਮ ਕਰਨਾ ਬੰਦ ਕਰ ਦਿੰਦਾ ਹੈ। ਜਦੋਂ ਉਹ ਆਪਣੇ ਜਹਾਜ਼ ਦੀ ਸਕਰੀਨ ਦੇ ਉੱਪਰ ਰੈੱਡ ਲਾਈਟ ਜਗਦੀਆਂ ਦੇਖਦਾ ਹੈ ਤਾਂ ਉਸਦੇ ਸਾਹ ਸੁੱਕ ਜਾਂਦੇ ਨੇ ਕਿਉਂਕਿ ਉਸ ਏਰੀਏ ਦੇ ਵਿੱਚ ਦੂਰ ਦੂਰ ਤੱਕ ਨਾ ਤਾਂ ਕੋਈ ਏਅਰਪੋਰਟ ਸੀ ਨਾ ਕੋਈ ਸੜਕ ਸੀ ਤੇ ਨਾ ਹੀ ਇਸ ਤਰ੍ਹਾਂ ਦਾ ਸਮੁੰਦਰ ਜਾਂ ਕੋਈ ਨਦੀ ਸੀ ਜਿੱਥੇ ਉਹ ਆਪਣੇ ਜਹਾਜ਼ ਦੀ ਕ੍ਰੈਸ਼ ਲੈਂਡਿੰਗ ਕਰਾ ਸਕੇ। ਜਦੋਂ ਟ੍ਰੈਵਰ ਨੂੰ ਇਹ ਚੀਜ਼ ਕਨਫਰਮ ਹੋ ਜਾਂਦੀ ਹੈ ਕਿ ਉਹ ਆਪਣੇ ਜਹਾਜ਼ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਲੈਂਡ ਨਹੀਂ ਕਰਵਾ ਸਕਦਾ ਤਾਂ ਟ੍ਰੈਵਰ ਆਪਣੇ ਜਹਾਜ਼ ਦੇ ਵਿੱਚੋਂ ਬਾਹਰ ਛਾਲ ਮਾਰ ਦਿੰਦਾ ਹੈ ਤੇ ਟ੍ਰੈਵਰ ਦੀਆਂ ਅੱਖਾਂ ਸਾਹਮਣੇ ਹੀ ਉਸ ਦਾ ਜਹਾਜ਼ ਪਹਾੜੀ ਦੇ ਉੱਪਰ ਡਿੱਗ ਕੇ ਤਬਾਹ ਹੋ ਜਾਂਦਾ ਹੈ। ਟ੍ਰੈਵਰ ਨੇ ਜ਼ਮੀਨ ਦੇ ਉੱਪਰ ਉਤਰ ਕੇ ਸੁੱਖ ਦਾ ਸਾਹ ਲਿਆ ਕਿਉਂਕਿ ਉਸ ਦੀ ਜਾਨ ਬਚ ਗਈ ਸੀ, ਪਰ ਉਸ ਦੀ ਇਹ ਖੁਸ਼ੀ ਜ਼ਿਆਦਾ ਸਮੇਂ ਤੱਕ ਨਾ ਟਿਕੀ ਕਿਉਂਕਿ ਉਸ ਨੇ ਉਹ ਏਰੀਏ ਦੇ ਵਿੱਚ ਲੈਂਡ ਕੀਤਾ ਸੀ ਜਿੱਥੇ ਦੂਰ ਦੂਰ ਤੱਕ ਕਿਸੇ ਵੀ ਤਰ੍ਹਾਂ ਦੀ ਇਨਸਾਨੀ ਆਬਾਦੀ ਨਹੀਂ ਸੀ। ਜਹਾਜ਼ ਵਾਲੇ ਹਾਦਸੇ ਦੇ ਵਿੱਚੋਂ ਤਾਂ ਟ੍ਰੈਵਰ ਹੁਣ ਬਚ ਗਿਆ ਸੀ, ਪਰ ਹੁਣ ਉਸ ਨੂੰ ਇੱਥੇ ਸਭ ਤੋਂ ਵੱਡਾ ਖਤਰਾ ਜੰਗਲੀ ਜਾਨਵਰਾਂ ਤੋਂ ਸੀ ਤੇ ਟ੍ਰੈਵਰ ਜੇਕਰ ਕਿਸੇ ਵੀ ਤਰ੍ਹਾਂ ਜੰਗਲੀ ਜਾਨਵਰਾਂ ਤੋਂ ਵੀ ਬਚ ਜਾਂਦਾ ਤਾਂ ਵੀ ਉਹ ਇੱਥੇ ਭੁੱਖਾ ਤੇ ਪਿਆਸਾ ਮਰ ਜਾਂਦਾ। ਪਰ ਟ੍ਰੈਵਰ ਨੇ ਹਿੰਮਤ ਨਹੀਂ ਹਾਰੀ, ਉਹ ਲਗਾਤਾਰ ਚੱਲਦਾ ਰਿਹਾ। ਦਿਨ ਤੋਂ ਰਾਤ ਹੋ ਗਈ ਪਰ ਟ੍ਰੈਵਰ ਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਜੰਗਲ ਤੋਂ ਬਾਹਰ ਵੱਲ ਨੂੰ ਜਾ ਰਿਹਾ ਹੈ ਤਾਂ ਜੰਗਲ ਦੇ ਹੋਰ ਅੰਦਰ ਨੂੰ ਜਾ ਰਿਹਾ ਹੈ। ਟ੍ਰੈਵਰ ਲਗਾਤਾਰ ਜੰਗਲ ਦੇ ਵਿੱਚ ਚੱਲਦਾ ਰਹਿੰਦਾ ਹੈ ਤੇ ਲਗਾਤਾਰ 24 ਘੰਟੇ ਚੱਲਣ ਤੋਂ ਬਾਅਦ ਉਸ ਨੂੰ ਜੰਗਲ ਦੇ ਵਿਚਕਾਰ ਦੀ ਇੱਕ ਸੜਕ ਦਿਖਾਈ ਦਿੰਦੀ ਹੈ ਤੇ ਉਸ ਨੂੰ ਦੇਖ ਕੇ ਟ੍ਰੈਵਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਕਿਉਂਕਿ ਹੁਣ ਉਸ ਨੂੰ ਇੱਕ ਬਚਣ ਦੀ ਉਮੀਦ ਮਿਲ ਗਈ ਸੀ। ਉਸ ਨੇ ਆਪਣਾ ਸਮਾਨ ਸੜਕ ਦੇ ਕਿਨਾਰੇ ਤੇ ਰੱਖਿਆ ਤੇ ਕਾਰ ਅਤੇ ਟਰੱਕ ਦੀ ਵੇਟ ਕਰਨ ਲੱਗਾ ਤਾਂ ਕਿ ਉਹ ਕਾਰ ਟਰੱਕ ਤੋਂ ਲੈਫਟ ਲੈ ਕੇ ਆਪਣੇ ਘਰ ਤੱਕ ਪਹੁੰਚ ਜਾਵੇ। ਲਗਾਤਾਰ 2 ਘੰਟੇ ਉਸ ਜਗ੍ਹਾ ਤੇ ਉੱਤੇ ਵੇਟ ਕਰਨ ਤੋਂ ਬਾਅਦ ਉਸ ਨੂੰ ਇੱਕ ਕਾਰ ਆਉਂਦੀ ਦਿਖਾਈ ਦਿੰਦੀ ਹੈ। ਟ੍ਰੈਵਰ ਜੈਕੋਬ ਉਸ ਕਾਰ ਨੂੰ ਰੋਕ ਕੇ ਡਰਾਈਵਰ ਨੂੰ ਸਾਰੀ ਆਪਣੇ ਨਾਲ ਹੋਈ ਹੱਡਬੀਤੀ ਦੱਸਦਾ ਹੈ ਤੇ ਉਸ ਕਾਰ ਦੇ ਵਿੱਚ ਹੀ ਉਹ ਬਹਿ ਕੇ ਸ਼ਹਿਰ ਵੱਲ ਨੂੰ ਚਲਿਆ ਜਾਂਦਾ ਹੈ। ਅਗਲੇ ਦਿਨ ਸਵੇਰੇ ਟ੍ਰੈਵਰ ਆਪਣੇ ਘਰ ਪਹੁੰਚਦਾ ਹੈ ਤੇ ਇਸ ਸਾਰੀ ਘਟਨਾ ਬਾਰੇ ਆਪਣੇ ਪਰਿਵਾਰ ਨੂੰ ਜਾਣਕਾਰੀ ਦਿੰਦਾ ਹੈ। ਇਸ ਤੋਂ 3 ਦਿਨਾਂ ਬਾਅਦ ਟ੍ਰੈਵਰ ਨੇ ਆਪਣੇ ਘਰ ਦੇ ਵਿੱਚ ਪਾਰਟੀ ਰੱਖੀ ਤੇ ਉਸ ਨੇ ਸੈਲੀਬ੍ਰੇਟ ਕੀਤਾ ਆਪਣੇ ਪਰਿਵਾਰ ਦੇ ਨਾਲ ਇਸ ਹਾਦਸੇ ਦੇ ਵਿੱਚੋਂ ਬਚ ਜਾਣ ਦਾ। ਇੱਥੋਂ ਤੱਕ ਸਾਰਾ ਕੁਝ ਸਹੀ ਚੱਲ ਰਿਹਾ ਸੀ, ਫਿਰ ਟ੍ਰੈਵਰ ਨੇ ਆਪਣੇ ਪਲੇਨ ਕ੍ਰੈਸ਼ ਦੇ ਜਿੰਨੇ ਵੀ ਵੀਡੀਓ ਸੀ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਕਲਿੱਪ ਬਣਾਇਆ ਤੇ ਆਪਣੇ YouTube ਚੈਨਲ ਦੇ ਉੱਪਰ ਉਸ ਨੂੰ ਅਪਲੋਡ ਕਰ ਦਿੱਤਾ ਤੇ ਉਸ ਨੇ ਇਸ ਵੀਡੀਓ ਦਾ ਟਾਈਟਲ ਰੱਖਿਆ ਆਈ ਕ੍ਰੈਸ਼ ਮਾਈ ਪਲੇਨ। ਇਸ ਵੀਡੀਓ ਦੇ ਕਾਰਨ ਹੀ ਟ੍ਰੈਵਰ ਨੂੰ ਅੱਗੇ ਜਾ ਕੇ 20 ਸਾਲਾਂ ਦੀ ਸਜ਼ਾ ਹੋ ਜਾਂਦੀ ਹੈ। ਟ੍ਰੈਵਰ ਨੂੰ ਲੱਗਿਆ ਸੀ ਕਿ ਇਸ ਵੀਡੀਓ ਨੂੰ ਦੇਖ ਕੇ ਉਸ ਦੇ ਫੈਨ ਖੁਸ਼ ਹੋਣਗੇ ਕਿ ਉਹ ਇੱਕ ਇੰਨੇ ਭਿਆਨਕ ਹਾਦਸੇ ਦੇ ਵਿੱਚੋਂ ਬਚ ਗਿਆ, ਪਰ ਹੋਇਆ ਬਿਲਕੁਲ ਇਸ ਦੇ ਉਲਟ। ਇਸ ਵੀਡੀਓ ਦੇ ਉੱਪਰ ਲਾਈਕ ਦੇ ਨਾਲੋਂ ਡਿਸਲਾਈਕ ਜ਼ਿਆਦਾ ਆ ਰਹੇ ਸਨ ਕਿਉਂਕਿ ਲੋਕ ਟ੍ਰੈਵਰ ਨੂੰ ਬੁਰਾ ਭਲਾ ਕਹਿ ਰਹੇ ਸਨ। ਉਹ ਉਸ ਨੂੰ ਕਹਿ ਰਹੇ ਸਨ ਕਿ ਤੂੰ ਇਹ ਸਭ ਕੁਝ ਜਾਣਬੁੱਝ ਕੇ ਕੀਤਾ ਹੈ। ਟ੍ਰੈਵਰ ਦੀ ਇਸ ਵੀਡੀਓ ਦੇ ਉੱਪਰ ਰੋਜ਼ਾਨਾ ਲੱਖਾਂ ਵਿਊ ਆ ਰਹੇ ਸਨ ਤੇ ਵੱਡੇ-ਵੱਡੇ ਚੈਨਲਾਂ ਤੇ ਯੂਟਿਊਬਰਾਂ ਨੇ ਵੀ ਟ੍ਰੈਵਰ ਦੇ ਇਸ ਪਲੇਨ ਕ੍ਰੈਸ਼ ਦੇ ਉੱਪਰ ਵੀਡੀਓ ਬਣਾਏ, ਪਰ ਇਹ ਸਾਰੇ ਚੈਨਲ ਤੇ ਯੂਟਿਊਬਰ ਵੀ ਇਹ ਗੱਲ ਨੂੰ ਬਾਰ-ਬਾਰ ਕਹਿ ਰਹੇ ਸਨ ਕਿ ਟ੍ਰੈਵਰ ਨੇ ਸਾਰਾ ਕੁਝ ਜਾਣਬੁੱਝ ਕੇ ਕੀਤਾ ਹੈ ਸਿਰਫ ਵਿਊ ਲੈਣ ਦੇ ਲਈ। ਇਸ ਵੀਡੀਓ ਦੇ ਅਪਲੋਡ ਹੋਣ ਤੋਂ ਬਾਅਦ 1 ਮਹੀਨਾ ਲੰਘ ਜਾਂਦਾ ਹੈ ਤੇ ਪੂਰੇ ਇੰਟਰਨੈਟ ਦੇ ਉੱਤੇ ਚਾਰੇ ਪਾਸੇ ਟ੍ਰੈਵਰ ਦੀ ਹੀ ਚਰਚਾ ਹੋ ਰਹੀ ਹੁੰਦੀ ਹੈ। ਫਿਰ ਆਖਰਕਾਰ FIA ਇੱਕ ਏਜੰਸੀ ਹੈ, ਉਹ ਟ੍ਰੈਵਰ ਨੂੰ ਬੁਲਾਉਂਦੀ ਹੈ ਇਨਵੈਸਟੀਗੇਸ਼ਨ ਕਰਨ ਦੇ ਲਈ। ਉਹਨਾਂ ਨੇ ਟ੍ਰੈਵਰ ਨੂੰ ਕਿਹਾ ਕਿ ਅਸੀਂ ਵੀ ਤੇਰੀ ਵੀਡੀਓ ਦੇਖੀ ਹੈ ਤੇ ਸਾਨੂੰ ਸ਼ੱਕ ਹੈ ਕਿ ਤੇਰੇ ਜਹਾਜ਼ ਦੇ ਵਿੱਚ ਕੋਈ ਖਰਾਬੀ ਨਹੀਂ ਸੀ ਤੇ ਤੂੰ ਇਹ ਸਾਰਾ ਕੁਝ ਇੱਕ YouTube ਦੀ ਵੀਡੀਓ ਬਣਾਉਣ ਲਈ ਕੀਤਾ ਹੈ। ਉਹਨਾਂ ਨੇ ਟ੍ਰੈਵਰ ਨੂੰ 3 ਸਵਾਲ ਪੁੱਛੇ। ਉਹਨਾਂ ਦੇ ਵਿੱਚੋਂ ਪਹਿਲਾ ਸਵਾਲ ਇਹ ਸੀ ਕਿ ਤੂੰ ਇੰਨੇ ਛੋਟੇ ਜਿਹੇ ਜਹਾਜ਼ ਦੇ ਉੱਪਰ 10 ਤੋਂ ਜ਼ਿਆਦਾ ਕੈਮਰੇ ਕਿਉਂ ਲਗਾਏ ਸਨ, ਕੀ ਤੈਨੂੰ ਪਤਾ ਸੀ ਕਿ ਇਹ ਪਲੇਨ ਕ੍ਰੈਸ਼ ਹੋਣ ਵਾਲਾ ਹੈ। ਦੂਜਾ ਉਹਨਾਂ ਦਾ ਸਵਾਲ ਇਹ ਸੀ ਕਿ ਇਸ ਤਰ੍ਹਾਂ ਦੇ ਛੋਟੇ ਜਹਾਜ਼ ਦੇ ਵਿੱਚ ਕੋਈ ਵੀ ਇਨਸਾਨ ਜਾਂ ਕੋਈ ਵੀ ਪਾਇਲਟ ਪੈਰਾਸ਼ੂਟ ਪਾ ਕੇ ਨਹੀਂ ਬਹਿੰਦਾ ਕਿਉਂਕਿ ਇਸ ਦੇ ਵਿੱਚ ਬੈਠਣ ਦੀ ਬਹੁਤ ਘੱਟ ਜਗ੍ਹਾ ਹੁੰਦੀ ਹੈ। ਪੈਰਾਸ਼ੂਟ ਪਾ ਕੇ ਇਸ ਜਹਾਜ਼ ਦੇ ਵਿੱਚ ਬੈਠਣਾ ਕਾਫੀ ਜ਼ਿਆਦਾ ਮੁਸ਼ਕਲ ਹੁੰਦਾ ਹੈ, ਪਰ ਫਿਰ ਵੀ ਤੂੰ ਇਸ ਜਹਾਜ਼ ਦੇ ਵਿੱਚ ਪੈਰਾਸ਼ੂਟ ਪਾ ਕੇ ਬੈਠਿਆ ਸੀ, ਇਸ ਦਾ ਕੀ ਕਾਰਨ ਹੈ? ਤੇ ਤੀਜਾ ਸਵਾਲ ਉਹਨਾਂ ਨੇ ਟ੍ਰੈਵਰ ਨੂੰ ਇਹ ਕੀਤਾ ਕਿ ਤੂੰ ਸਾਨੂੰ ਜਹਾਜ਼ ਦੇ ਮਲਬੇ ਦੇ ਕੋਲ ਲੈ ਕੇ ਜਾ ਤੇ ਟ੍ਰੈਵਰ ਨੇ ਜਿਹੜੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਉਹ ਬਿਲਕੁਲ ਵੀ ਤਸੱਲੀਬਖਸ਼ ਨਹੀਂ ਸਨ ਤੇ ਫਿਰ FIA ਏਜੰਸੀ ਦਾ ਸ਼ੱਕ
ਕ੍ਰੈਸ਼ ਹੋਇਆ ਸੀ ਪਰ ਉਸ ਜਗ੍ਹਾ ਦੇ ਉੱਪਰ ਜਹਾਜ਼ ਦਾ ਕਿਸੇ ਵੀ ਤਰ੍ਹਾਂ ਦਾ ਮਲਬਾ ਮੌਜੂਦ ਨਹੀਂ ਸੀ ਤੇ FIA ਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਕੋਈ ਪੂਰੇ ਦੇ ਪੂਰੇ ਜਹਾਜ਼ ਨੂੰ ਕਿਵੇਂ ਗਾਇਬ ਕਰ ਸਕਦਾ ਹੈ। ਇਸ ਤੋਂ ਬਾਅਦ FIA ਦੀ ਟੀਮ ਨੇ ਪੂਰੀ ਡੰਗਾਈ ਦੇ ਨਾਲ ਇਹ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜਾਂਚ ਦੇ ਦੌਰਾਨ FIA ਦੀ ਟੀਮ ਨੂੰ ਇਹ ਪਤਾ ਲੱਗਿਆ ਕਿ ਟ੍ਰੈਵਰ ਨੇ ਇਹ ਜਹਾਜ਼ ਕੁਝ ਸਮਾਂ ਪਹਿਲਾਂ ਹੀ ਲਿਆ ਸੀ ਤੇ ਇਹ ਜਹਾਜ਼ ਕਾਫੀ ਪੁਰਾਣਾ ਹੋਣ ਕਰਕੇ ਟ੍ਰੈਵਰ ਨੂੰ ਬਹੁਤ ਜ਼ਿਆਦਾ ਸਸਤਾ ਮਿਲ ਗਿਆ ਸੀ। ਲੈਂਪੋਕ 에어ਪੋਰਟ ਦੇ ਉੱਪਰ ਜਾ ਕੇ ਜਦੋਂ FIA ਨੇ ਪਤਾ ਕੀਤਾ ਤਾਂ ਲੈਂਪੋਕ 에어ਪੋਰਟ ਦੇ ਸਟਾਫ ਨੇ ਦੱਸਿਆ ਕਿ ਅਸੀਂ ਟ੍ਰੈਵਰ ਨੂੰ ਵਾਰ-ਵਾਰ ਕਿਹਾ ਸੀ ਕਿ ਤੂੰ ਇਹ ਜਹਾਜ਼ ਨੂੰ ਲੈ ਕੇ ਨਾ ਜਾ, ਇਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ। 에어ਪੋਰਟ ਦੇ ਸਟਾਫ ਨੇ ਕਿਹਾ ਕਿ ਸਾਡੇ ਵਾਰ-ਵਾਰ ਕਹਿਣ ਤੇ ਵੀ ਟ੍ਰੈਵਰ ਨੇ ਸਾਡੀ ਗੱਲ ਨਹੀਂ ਮੰਨੀ ਤੇ ਆਪਣੇ ਜਹਾਜ਼ ਨੂੰ ਲੈ ਕੇ ਉਹ ਇੱਥੋਂ ਟੇਕ ਆਫ ਕਰ ਗਿਆ। ਇਸ ਤੋਂ ਬਾਅਦ ਜਦੋਂ FIA ਦੀ ਟੀਮ ਨੇ ਟ੍ਰੈਵਰ ਦੇ ਫੋਨ ਦੇ ਡਾਟਾ ਨੂੰ ਚੈੱਕ ਕੀਤਾ ਤਾਂ ਉਹਨਾਂ ਨੂੰ ਕਨਫਰਮ ਹੋ ਗਿਆ ਕਿ ਜਹਾਜ਼ ਦਾ ਮਲਬਾ ਕਿਵੇਂ ਗਾਇਬ ਹੋਇਆ ਹੈ। FIA ਨੇ ਚੈੱਕ ਕੀਤਾ ਕਿ YouTube ਦੇ ਉੱਪਰ ਵੀਡੀਓ ਪਾਉਣ ਤੋਂ 5 ਦਿਨ ਪਹਿਲਾਂ ਟ੍ਰੈਵਰ ਦਾ ਫੋਨ ਬਿਲਕੁਲ ਉਸ ਜਗ੍ਹਾ ਦੇ ਉੱਪਰ ਹੀ ਐਕਟਿਵ ਸੀ ਜਿੱਥੇ ਪਲੇਨ ਕ੍ਰੈਸ਼ ਹੋਇਆ ਸੀ। ਪਲੇਨ ਕ੍ਰੈਸ਼ ਹੋਣ ਤੋਂ ਬਾਅਦ ਟ੍ਰੈਵਰ ਦਾ ਉਸ ਜਗ੍ਹਾ ਤੇ ਹੋਣਾ ਇਹ ਸੰਕੇਤ ਦੇ ਰਿਹਾ ਸੀ ਕਿ ਉਸ ਜਹਾਜ਼ ਦੇ ਮਲਬੇ ਨੂੰ ਟ੍ਰੈਵਰ ਨੇ ਹੀ ਗਾਇਬ ਕੀਤਾ ਹੈ। FIA ਜਾਂਚ ਏਜੰਸੀ ਨੂੰ ਹੋਰ ਵੀ ਕਈ ਸਬੂਤ ਮਿਲੇ ਜਿਸ ਤੋਂ ਇਹ ਕਨਫਰਮ ਹੋ ਗਿਆ ਕਿ ਇਹ ਸਾਰਾ ਡਰਾਮਾ ਟ੍ਰੈਵਰ ਨੇ ਬਸ ਮਸ਼ਹੂਰ ਹੋਣ ਲਈ ਕੀਤਾ ਸੀ। ਇਸ ਤੋਂ ਬਾਅਦ 2 ਅਪ੍ਰੈਲ ਰਾਤ ਨੂੰ 9 ਵਜੇ ਟ੍ਰੈਵਰ ਨੂੰ ਘਰੋਂ ਹੀ ਗ੍ਰਿਫਤਾਰ ਕਰ ਲਿਆ ਗਿਆ। ਉਸ ਦਾ ਕੇਸ ਕੋਰਟ ਦੇ ਵਿੱਚ ਚੱਲਿਆ ਤੇ ਇਸ ਸਾਲ ਹੀ 11 ਮਈ 2023 ਨੂੰ ਟ੍ਰੈਵਰ ਨੂੰ 20 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ। ਬਾਅਦ ਦੇ ਵਿੱਚ ਟ੍ਰੈਵਰ ਜੈਕੋਬ ਨੇ ਖੁਦ ਆਪ ਵੀ ਮੰਨਿਆ ਕਿ ਉਸ ਦੇ ਪਲੇਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਖਰਾਬੀ ਨਹੀਂ ਸੀ। ਉਸ ਨੇ YouTube ਦੇ ਉੱਪਰ ਸਿਰਫ ਵਿਊ ਲੈਣ ਦੇ ਲਈ ਅਜਿਹਾ ਜਾਣਬੁੱਝ ਕੇ ਕੀਤਾ ਸੀ। ਉਸ ਨੇ ਇਹ ਵੀ ਦੱਸਿਆ ਕਿ ਪਲੇਨ ਕ੍ਰੈਸ਼ ਹੋਣ ਤੋਂ ਬਾਅਦ ਉਸ ਨੇ ਆਪਣੇ ਦੋਸਤ ਦੇ ਨਾਲ ਮਿਲ ਕੇ ਜਹਾਜ਼ ਦਾ ਸਾਰਾ ਮਲਬਾ ਆਪ ਹੀ ਸਾਫ਼ ਕੀਤਾ ਸੀ ਪਹਾੜੀਆਂ ਤੋਂ। ਇਹ ਸੀ ਜੀ ਟ੍ਰੈਵਰ ਜੈਕੋਬ ਦੀ ਸਟੋਰੀ, ਕਿਸ ਤਰ੍ਹਾਂ ਉਸ ਨੇ YouTube ਦੇ ਉੱਪਰ ਵਿਊ ਲੈਣ ਦੇ ਲਈ ਇਹ ਸਾਰਾ ਡਰਾਮਾ ਕੀਤਾ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜੋ ਸਬਸਕ੍ਰਾਈਬ ਕਰਨਾ। ਧੰਨਵਾਦ।